ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਲੁੱਟਖੋ ਕਰਨ ਵਾਲੇ ਵੱਖ-ਵੱਖ ਗਰੋਹਾਂ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ 21 ਮੋਬਾਈਲ ਫੋਨ, 5 ਦੁਪਹੀਆ ਵਾਹਨ ਅਤੇ 1 3 ਵੀਲਰ ਬਰਾਮਦ ਕੀਤਾ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਦੇ ਰਾਕੇਸ਼ ਅਗਰਵਾਲ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕਿਹਾ, ਪੁਲਿਸ ਸਟੇਸ਼ਨ ਡਿਵੀਜ਼ਨ 1 ਕੋਤਵਾਲੀ ਲੁਧਿਆਣਾ ਪੁਲਿਸ ਨੇ ਇੱਕ ਸਨੈਚਰਸ ਕੇ ਗੈਂਗ ਕੋ ਪਕੜਨੇ ਮੇਂ ਸਫਲਤਾ ਹਾਸਿਲ ਕੀ ਹੈ, ਜਿਨ੍ਹਾਂ ਕਿ ਲੁਧਿਆਣਾ ਮੇਂ ਕਾਫੀ ਸਾਰੀ ਸਨੈਚਿੰਗ ਕੀ ਵਾਰਦਾਤਾਂ, ਜਿਨਮੇਂ ਮੋਬਾਈਲ ਸਨੈਚਿੰਗ, ਪੈਸੇ ਸਨੈਚ ਕਰਨੇ ਕੀ, ਇਸ ਤਰੀਕੇ ਕੀ ਵਾਰਦਾਤਾਂ ਕੀ ਹੈ। ਤਕਰੀਬਨ ਹਮਾਰੇ ਇਸੇ 22 ਕੇ ਕਰੀਬ ਮੁਕਦਮੇ ਇਸੇ ਟ੍ਰੇਸ ਹੋ ਰਹੇ ਹੈ, ਔਰ ਜਿਨ ਕੇਸਿਸ ਮੇਂ FIR ਰਜਿਸਟਰਡ ਨਹੀਂ ਹੈ, ਕਈ ਵਾਰੀ ਮੋਬਾਈਲ ਕੀ ਕੀਮਤ ਇਤਨੀ ਕਮ ਹੋਤੀ ਹੈ ਕਿ ਲੋਕ FIR ਨਹੀਂ ਕਰਾਤੇ, ਉਨਕੋ ਹਮ ਲੋਕ ਬੁਲਾ ਕਰ ਮੋਬਾਈਲ ਬਾਹਰ ਸੇ ਦੇ ਦੇਂਗੇ, ਔਰ ਜਿਨ ਕੇਸਿਸ ਮੇਂ FIR ਦਰਜ ਹੈ ਉਸਮੇਂ ਹਮ ਲੋਕ ਕੋਰਟ ਕੇ ਥਰੂ ਪ੍ਰੋਸੈਸ ਜਲਦੀ ਕਰਵਾ ਕੇ ਲੋਕਾਂ ਕੋ ਮੋਬਾਈਲ ਵਾਪਸ ਕਰ ਦੇਂਗੇ। ਇਨਕਾ ਜੋ ਮੋਡਸ ਆਪਰੈਂਡੀ ਹੈ ਤਿੰਨੋਂ ਲੋਕਾਂ ਕਾ, ਜੋ ਬਿੰਦਰ, ਸਨੀ ਔਰ ਬਿਹਾਰੀ, ਇਹ ਲਾਲ ਬਿਹਾਰੀ, ਇਹ ਲੋਕ ਆਪਸ ਮੇਂ ਸਾਥੀ ਹੈ ਔਰ ਇਹ ਮੋਟਰਸਾਈਕਲ ਪਰ ਇਤਨੇ ਐਕਸਪਰਟ ਹੈ ਕਿ ਇਹ ਜਾਤੇ ਹੈ, ਚਲਤੇ ਚਲਤੇ ਹੀ ਜੋ ਡਰਾਈਵਰ ਹੈ ਉਹ ਪਿੱਛੇ ਕੀ ਸੀਟ ਪਰ ਬੈਠ ਜਾਤਾ ਹੈ, ਪਿੱਛੇ ਵਾਲਾ ਡਰਾਈਵਰ ਕੀ ਸੀਟ ਪਰ ਬੈਠ ਜਾਤਾ ਹੈ, ਔਰ ਮੋਬਾਈਲ ਸਨੈਚ ਕਰਨੇ ਮੇਂ ਇਨ੍ਹਾਂ ਨੇ ਮਹਾਰਤ ਹਾਸਿਲ ਕੀ ਹੋਈ ਹੈ। ਪਹਿਲੇ ਵੀ ਇਨਕੇ ਖਿਲਾਫ 4 ਮੁਕਦਮੇ ਦਰਜ ਹੈ ਔਰ ਇਨਸੇ ਹਮੇ ਤਕਰੀਬਨ 22-21 ਕੇ ਤਰ੍ਹਾਂ ਕਰੀਬ ਮੋਬਾਈਲ ਬਰਾਮਦ ਹੋਏ ਹੈ, 2 ਮੋਟਰਸਾਈਕਲ ਬਰਾਮਦ ਹੋਏ ਹੈ, ਬਾਕੀ ਕੀ ਪੁੱਛਤਾਛ ਇਨਸੇ ਜਾਰੀ ਹੈ। ਬਾਈਕ ਜੋ ਵੋ ਵੀ ਹੈ, ਵੋ ਵੀ ਬਾਈਕ ਕੇ ਡਾਕੂਮੈਂਟਸ ਇਨ੍ਹਾਂ ਦਿਖਾਏ, ਵੋ ਵੀ ਚੋਰੀ ਕੀ ਹੀ ਹੈ। ਇਸਮੇਂ 21 ਮੋਬਾਈਲ ਅਭੀ ਤੱਕ ਮੈਂ ਬਰਾਮਦ ਹੋਏ ਹੈ, ਬਾਕੀ ਇਨਕੀ ਔਰ ਪੁੱਛਤਾਛ ਜਾਰੀ ਹੈ। ਗਰੁੱਪ ਕੈਸਾ ਬਣਾਇਆ ਹੈ ਇਨਕਾ? ਇਨਕਾ ਜੋ ਗਰੁੱਪ ਹੈ ਇਹ ਜੇਲ ਮੇਂ ਵੀ ਰਹੇ ਹੈ ਔਰ ਜੋ ਇਨਕੀ ਜੋ ਹੈਬਿਟਸ ਹੈ ਸਨੈਚਿੰਗ ਕੀ, ਉਸ ਹੈਬਿਟ ਸੇ ਵੀ ਇਹ ਲੋਕ ਸਾਥ ਮੇਂ ਆਏ ਹੈ। ਇਨਕਾ ਕੋਈ ਰਿਲੇਸ਼ਨ ਨਹੀਂ ਹੈ, ਲੇਕਿਨ ਇੱਕ ਤਰ੍ਹਾਂ ਚੋਰੀ ਕਰਤੇ ਕਰਤੇ ਹੀ, ਸਨੈਚਿੰਗ ਕਰਤੇ ਕਰਤੇ ਹੀ ਇਨਕਾ ਗਰੁੱਪ ਬਣਾਇਆ। ਤੋ ਇਹ ਪਾਰਟਿਕੁਲਰ ਏਰੀਆ ਟਾਈਮ ਕੇ ਦੌਰਾਨ ਇਹ ਸਨੈਚਿੰਗ ਕਰਤੇ ਥੇ ਯਾ ਫਿਰ ਇਹ ਜੋ ਸਨੈਚਿੰਗਸ ਕਰਤੇ ਥੇ, ਇਹ ਲੇਬਰ ਜੋ ਫੈਕਟਰੀ ਕੀ ਲੇਬਰ ਜੋ ਫੈਕਟਰੀ ਜਾ ਰਹੀ ਹੋਤੀ ਹੈ ਜਾਂ ਆ ਰਹੀ ਹੋਤੀ ਹੈ, ਉਨ ਲੋਕਾਂ ਸੇ ਮੋਬਾਈਲ ਸਨੈਚ ਕਰਤੇ ਥੇ, ਜਿਸਮੇਂ ਕਿ ਖਾਸ ਕਰ ਜੋ ਆਪਣਾ ਲੁਧਿਆਣਾ ਕਾ ਜੋ ਡਿਵੀਜ਼ਨ 6 ਕਾ ਏਰੀਆ ਹੈ, ਡਾਬਾ ਏਰੀਆ ਹੈ, ਸ਼ਿਮਲਾਪੁਰੀ ਏਰੀਆ ਹੈ, ਵਿਸ਼ਵਕਰਮਾ ਜੋ ਏਰੀਆ ਹੈ ਚੌਕ ਹੈ, ਔਰ ਇਹ ਆਪਣਾ ਫੋਕਲ ਪੁਆਇੰਟ ਏਰੀਆ ਹੈ, ਵਹਾਂ ਪਰ ਇਹ ਲੋਕ ਜ਼ਿਆਦਾ ਆਪਣਾ ਸ਼ਿਕਾਰ ਬਣਾਤੇ ਥੇ। ਇਹ ਸਨੈਚ ਕਰਕੇ ਮੋਬਾਈਲ ਕਾ ਪਹਿਲੇ ਆਪਣਾ ਇੱਕ ਇਹਨਾਂ ਨੇ ਇੱਕ ਆਦਮੀ ਰੱਖਾ ਹੁਆ ਥਾ ਦੁਕਾਨ ਵਾਲਾ, ਉਸੇ ਪਹਿਲੇ ਲੌਕ ਉਸਕਾ ਖੁਲਵਾਤੇ ਥੇ ਔਰ ਲੌਕ ਖੁਲਵਾ ਕੇ ਇਹ ਫਿਰ ਉਸ ਮੋਬਾਈਲ ਕੋ ਆਗੇ ਵੇਚ ਦਿੱਤੇ। ਜੋ ਆਦਮੀ ਹਾਂ, ਅਗਰ ਉਸ ਲੌਕ ਵਾਲੇ ਕੋ ਹਮ ਲੋਕ ਅਭੀ ਉਸਕੀ ਕਰ ਰਹੇ ਛਾਨਬੀਨ, ਔਰ ਅਗਰ ਉਸਕੀ ਕਸੂਰ ਮਿਲੇਗਾ ਤੋ ਉਸਕੀ ਵੀ ਉਸ ਖਿਲਾਫ਼ ਵੀ ਕਾਰਵਾਈ ਹੋਵੇਗੀ। ਸਰ, ਲੁਧਿਆਣਾ ਵਿੱਚ ਮਹਿਲਾ ਗੈਂਗ ਦੀ ਜੋ ਲੁੱਟਪਾਟ ਚੱਲ ਰਹੀ ਹੈ, ਇਸਮੇਂ ਅਭੀ ਪਿੱਛੇ 3-4 ਦਿਨ ਪਹਿਲੇ ਇੱਕ ਆਦਮੀ ਕੇ ਸਾਥ ਮੇਂ ਉਹ ਮਹਿਲਾਓਂ ਨੇ ਜੋ ਵਾਰਦਾਤ ਕੀ ਥੀ, ਇਹ ਸਾਂਸਿਨ ਗੈਂਗ ਹੈ ਇੱਕ ਆਪਣਾ ਸੰਗਰੂਰ ਸਾਈਡ ਕਾ ਹੈ, ਉਸਮੇ ਉਨਕੋ ਹਮ ਲੋਕਾਂ ਨੇ ਆਈਡੈਂਟੀਫਾਈ ਕਰ ਲਿਆ ਹੈ, ਉਨਕੀ ਛਾਪੇਮਾਰੀ ਕੇ ਲੀਏ ਹਮ ਲੋਕ ਕਾਰਵਾਈ ਕਰ ਰਹੇ ਹੈ ਔਰ ਜਲਦੀ ਉਨਕੋ ਵੀ ਹਮ ਲੋਕ ਕਾਬੂ ਕਰ ਲਏ।